इन्नी दिनी कोरोना के चलद लाकडाउन होने करके जिथे पंजाब पुलिस के थां थां ते नाके हैं तो हर आन जान वाले तो कारण पूछा जाता है। अजिहे विच नशा तस्कर भी नशे की तस्करी के नवे नवे बहाने लभ ही लेंदे ने। इस तरह एक ताज़ा मामला सामने आया है जिस विच नशा करन वाले अपने नाल एक मरीज नू लैके दिल्ली गए तो उत्थों 262 ग्राम हैरोइन चिट्टा लैके आए। एसटीएफ ने अपना जाल बछाया तो चार मुलजमान नू काबू करके उन्हां खिलाफ एनडीपीएस एक्ट तहत केस दर्ज कर लिया है और अदालत विच पेश करके पुलिस ने रिमांड भी हासिल कर लिया है। डीएसपी ने घटना संबंधी जानकारी सांझी करदिआं दस्सिआ कि उन्होंने एक गुप्त सूचना के आधार पर कार्रवाई करदिआं हरियाणा के डबवाली नेड़े अपना जाल बछा दिता। शक के आधार पर वरना कार नूं रोकिआ गया तो चार मुलाजम इस विच शामिल सन और तलाशी दौरान हैरोइन उन्हां कोलों फड़ी गई। ਇਹਨਾਂ ਨੂੰ ਇਤਲਾਹ ਮਿਲੀ ਸੀ ਵੀ ਰਾਤ ਨੂੰ ਫਲਾਣਾ ਫਲਾਣਾ ਬੰਦਾ ਹੈ ਮਖੂਰੀ ਮਿਲੀ ਸੀ ਵੀ ਉਹ ਦਿੱਲੀ ਗਏ ਹੋਏ ਹੈਗੇ ਅਤੇ ਸ਼ਾਇਦ ਚਿੱਟਾ ਲੈ ਕੇ ਹੋਣਗੇ ਅਤੇ ਉਹ ਜਿਹੜਾ ਰੂਟ ਹੈ ਉਹਨਾਂ ਨੇ ਦੱਸਿਆ ਸਾਨੂੰ ਵੀ ਬਾਇਆ ਡੱਬਲੀ ਇੱਧਰੋਂ ਵਾਪਸ ਕਰਦੇ ਤਾਂ ਉਹਦੇ ਸੰਬੰਧ ਵਿੱਚ ਅਸੀਂ ਜਦੋਂ ਆਏ ਅਤੇ ਨਾਕਾਬੰਦੀ ਕੀਤੀ ਸੀ ਤਾਂ ਉਹਦੇ ਦੌਰਾਨ ਜਦੋਂ ਆਇਆ ਅਤੇ ਇਹਦੇ ਕੋਲ ਉਹਨਾਂ ਨੂੰ ਪੁੱਛਿਆ ਗਿਆ ਕਿ ਤੇਰੇ ਕੋਲ ਕੀ ਕਰਫਿਊ ਪਾਸ ਹੈ ਇਹਨੇ ਕੁਛ ਨਹੀਂ ਦਿੱਤਾ ਕਰਫਿਊ ਪਾਸ ਕੁਛ ਨਹੀਂ ਦਿੱਤਾ ਇਹ ਤਲਾਸ਼ੀ ਲਈ ਤਾਂ ਇਹਦੇ ਕੋਲ 262 ਗ੍ਰਾਮ ਚਿੱਟਾ ਨਿਕਲਿਆ ਹੈ ਇੱਕ ਮਰੀਜ਼ ਨੂੰ ਨਾਲ ਲੈ ਕੇ ਦੇਖਦੇ ਚਾਰ ਜਣੇ ਉਹਦਾ ਸਹਾਰਾ ਲੈ ਕੇ ਰਸਤੇ ਦੇ ਵਿੱਚ ਜੇ ਕੋਈ ਮਿਲਦਾ ਸੀ ਤਾਂ ਉਹਨੂੰ ਦੱਸ ਦਿੰਦੇ ਅਸੀਂ ਮਰੀਜ਼ ਨੂੰ ਦਵਾਈ ਦਵਾ ਕੇ ਲਿਆਏ ਹਾਂ ਉਹਦੇ ਪਾਈਪਾਂ ਪਈਆਂ ਹੋਈਆਂ ਰਾੜਾਂ ਪਈਆਂ ਹੋਈਆਂ ਅਤੇ ਇਹ ਵੀ ਪਤਾ ਲੱਗਿਆ ਪਹਿਲਾਂ ਵੀ ਦੋ ਗੇੜੇ ਇਹ ਲਾ ਚੁੱਕੇ ਆ ਦਿੱਲੀ ਤੋਂ ਤਾਂ ਇਹ ਜਿਹੜਾ ਮੇਨ ਇਹਨਾਂ ਦੇ ਵਿੱਚ ਹੈਗਾ ਬੂਟਾ ਸਿੰਘ ਹੈਗਾ ਜਿਹੜਾ ਇਹਨਾਂ ਦਾ ਗੈਂਗ ਦਾ ਲੀਡਰ ਹੈਗਾ ਤਾਂ ਉਸ ਤੋਂ ਬਾਅਦ ਕਾਲਾ ਸਿੰਘ ਇਹਦਾ ਕਿਸਾਲਾ ਹੈਗਾ ਅਤੇ ਇੱਕ ਦੇਵੀ ਸ਼ਰਨ ਹੈ ਉਹ ਡੀ ਐੱਸ ਕਾਕਾ ਇਹਨੂੰ 302 ਦੇ ਵਿੱਚ ਇਹ ਉੱਥੋਂ ਬੇਲ ਤੋਂ ਆਇਆ ਹੋਇਆ ਬਾਹਰ ਹੈ ਜੀ ਤਾਂ ਇੱਕ ਇਹਦਾ ਸਾਲੇ ਦਾ ਮੁੰਡਾ ਸੋਨੂ ਜਿਹਦਾ ਪੱਟ ਟੁੱਟਿਆ ਹੋਇਆ ਹੈ ਇਹ ਚਾਰੇ ਜਣੇ ਗਏ ਸੀਗੇ ਅਤੇ ਚਾਰੇ ਜਣੇ ਧੋਖਾ ਦੇਣ 'ਚ ਬਠਿੰਡੇ ਤੱਕ ਕਾਮਯਾਬ ਹੋ ਗਏ ਪਰ ਅੱਗੇ ਨਹੀਂ ਕਾਮਯਾਬ ਹੋਏ ਇਹਨਾਂ ਨੂੰ ਟੈਸਟ ਕਰ ਰਹੇ ਸਰ ਨੰਦਗੜ੍ਹ ਥਾਣੇ ਦੇ ਵਿੱਚ ਇਹਦਾ ਕੇਸ ਰਜਿਸਟਰਡ ਕਰ ਦਿੱਤਾ ਗਿਆ ਸਰ ਇਹ ਕਿਸ ਚੀਜ਼ 'ਤੇ ਸਵਾਰ ਸੀ ਇਹਨਾਂ ਕੋਲ ਕਾਰ ਹੈਗੀ ਹੈ ਕੀ ਹੈ ਜੀ ਸਿਲਵਰ ਕਲਰ ਦੀ ਵਰਨਾ ਗੱਡੀ ਹੈਗੀ ਹੈ ਮਰੀਜ਼ ਨੂੰ ਇਹ ਲੋਕ ਆਪਣੇ ਨਾਲ ਪੁਲਿਸ ਦੀਆਂ ਅੱਖਾਂ ਵਿੱਚ ਧੂੜ ਝੋਕਣ ਲਈ ਲੈ ਕੇ ਗਏ ਸਨ ਪਰ ਇਹ ਲੋਕ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋ ਸਕੇ ਤੇ ਬਠਿੰਡਾ ਪੁਲਿਸ ਦੇ ਅੜਿੱਕੇ ਆ ਹੀ ਗਏ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।